ਇਸ ਫਿਲਮ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਜਿੰਨੀ ਆਪਾਂ ਕਰੀਮ ਕਹਿ ਸਕਦੇ ਹਾਂ ਜੀ, ਸਾਰੀ ਹੋਈ ਆ। 50 ਤੋਂ ਉੱਪਰ ਚਿਹਰੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਬੋਰ ਹੋ ਜਾਓਗੇ ਇੰਨੇ ਚਿਹਰਿਆਂ ਨਾਲ। ਹਰ ਬੰਦੇ ਨੇ ਆਪਣੀ ਕਲਾ ਦਿਖਾਉਣੀ ਹੈ, ਹਰ ਬੰਦੇ ਨੇ ਆਪਣੀ ਕਲਾ ਦਿਖਾਉਣੀ ਹੈ। ਤੁਹਾਡੇ ਕੈਰੇਕਟਰ ਬਾਰੇ ਗੱਲ ਕਰੀਏ ਥੋੜ੍ਹੀ ਕਿ ਇਹ ਕਿੱਦਾਂ ਦਾ? ਇਹ ਸ਼ਰਾਰਤੀ ਵਿਲਨ ਕਿੱਦਾਂ ਦੇ ਹੁੰਦੇ ਨੇ ਭਾਜੀ? ਫਨੀ ਜੇ ਵਿਲਨ ਨਹੀਂ ਹੁੰਦੇ, ਫਨੀ ਜੇ ਵੀ ਉਹ ਐਫਰਟ ਜ਼ਿਆਦਾ ਕਰਦੇ ਰਹਿੰਦੇ, ਉਹਨਾਂ ਦਾ ਭੱਜ ਨੱਠ ਜ਼ਿਆਦਾ ਕੋਈ ਹੈ, ਭੱਜ ਨੱਠ ਜ਼ਿਆਦਾ ਹੁੰਦੀ ਹੈ, ਆਊਟਪੁੱਟ ਜ਼ੀਰੋ ਹੁੰਦੀ ਹੈ। ਉਹਨਾਂ ਨੂੰ ਖੁਦ ਵੀ ਪਤਾ ਹੁੰਦਾ ਵੀ ਅਸੀਂ ਪੜੋਸਾ, ਤੋ ਇਹਨਾਂ ਗੱਲਾਂ ਨੂੰ ਇੰਜੋਏ ਕਰਨਗੇ, ਬੱਚੇ ਵੀ ਇੰਜੋਏ ਕਰਨਗੇ, ਪਬਲਿਕ ਵੀ ਇੰਜੋਏ ਕਰੂਗੀ। ਮੈਂ ਤਾਂ ਡਰ ਗਈ। ਅਸ਼ਕੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸ਼ੇਖਰ ਰਾਏ। ਸੋ 1 ਮਾਰਚ ਫਿਲਮ ਰਿਲੀਜ਼ ਹੋ ਰਹੀ ਹੈ ਬੂ ਮੈਂ ਡਰ ਗਈ। ਹੁਣ ਇਸ ਦੇ ਵਿੱਚ ਡਰਦਾ ਕੌਣ ਹੈ, ਡਰਾਉਂਦਾ ਕੌਣ ਹੈ, ਇਸ ਦੇ ਉੱਤੇ ਸਵਾਲ ਹੈ। ਪਰ ਇੱਕ ਸਵਾਲ ਬਹੁਤ ਵੱਡਾ ਕਿ ਇੰਨੇ ਸਾਰੇ ਐਕਟਰਸ ਨੂੰ ਲੈ ਕੇ ਜਦੋਂ ਫਿਲਮ ਬਣਦੀ ਹੈ, 54 ਦੇ ਕਰੀਬ ਐਕਟਰਸ ਨੇ ਇਸ ਫਿਲਮ ਦੇ ਵਿੱਚ, ਤਾਂ ਕਿੰਨਾ ਤਕੜਾ ਤਾਮ ਜਾਮ ਹੁੰਦਾ ਹੈ ਨਾ? ਸੋ ਇਹ ਸਵਾਲਾਂ ਦੇ ਜਵਾਬ ਜਿਹੜੇ ਦੇਣਗੇ ਔਰ ਆਪਣੇ ਕੈਰੇਕਟਰ ਬਾਰੇ ਵੀ ਦੱਸਣਗੇ, ਸਾਡੇ ਨਾਲ ਬਹੁਤ ਹੀ ਫਾਈਨ ਐਕਟਰ ਦਿਲਾਵਰ ਸਿੱਧੂ ਜੀ, ਬਹੁਤ ਬਹੁਤ ਸਵਾਗਤ ਹੈ ਸਰ ਅਸ਼ਕੇ ਟੀਵੀ ਦੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਫਿਲਮ ਬਾਰੇ ਸਾਨੂੰ ਚੰਦ ਗੱਲਾਂ। ਚੰਦ ਗੱਲਾਂ ਇਹ ਹੈ ਵੀ ਅੱਜ 29 ਤਰੀਕ ਹੈ, ਅੱਜ ਪ੍ਰੀਮੀਅਰ ਹੈ ਫਿਲਮ ਦਾ। ਰਸ਼ ਤੁਸੀਂ ਦੇਖ ਸਕਦੇ ਹੋ, ਕੈਮਰਾ ਮਾਰ ਕੇ ਇੱਧਰ ਦੇਖ ਸਕਦੇ ਹੋ ਰਸ਼। ਅਤੇ ਇਸ ਤਰ੍ਹਾਂ ਹੀ ਮੇਰੇ ਹਿਸਾਬ 'ਚ ਕੱਲ੍ਹ ਨੂੰ 1 ਤਰੀਕ ਹੈ ਕਿ 1 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸਿਨੇਮੇ ਘਰਾਂ ਦੇ ਵਿੱਚ। ਜਿੰਨੇ ਵੀ ਤੁਹਾਡੇ ਨੇੜੇ ਨੇੜੇ ਸਿਨੇਮੇ ਘਰ ਨੇ ਉਹਨਾਂ ਦੇ ਵਿੱਚ ਸਾਰਿਆਂ 'ਚ ਲੱਗਣੀ ਹੈ ਫਿਲਮ, ਜ਼ਰੂਰ ਜਾਓ, ਬੱਚਿਆਂ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ ਜਾਓ। ਅਤੇ ਬਹੁਤ ਪਰਿਵਾਰਕ ਫਿਲਮ ਹੈ, ਬਹੁਤ ਹਾਸੇ ਵਾਲੀ ਫਿਲਮ ਹੈਗੀ, ਬਹੁਤ ਜ਼ਿਆਦਾ ਇੰਟਰਟੇਨਮੈਂਟ ਕਰਾਊਗੀ ਅਤੇ ਡਰਨ ਡਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਅਤੇ ਇਹ ਤਾਂ ਇੱਕ ਟੈਗ ਲਾਈਨ ਹੁੰਦੀ ਹੈ ਫਿਲਮ ਦੀ, ਹੈ ਨਾ, ਵੀ ਆਹ ਰੱਖ ਦੀ ਆਪਾਂ, ਬੂ ਮੈਂ ਡਰ ਗਈ, ਇੱਕ ਫੋਕਟੇਲ ਜੀ ਹੈਗੀ ਆ, ਅਤੇ ਉਹਦੇ ਕਰਕੇ ਆ। ਅਤੇ ਹੋਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਬੱਚਿਆਂ ਨੂੰ ਵੀ ਲੈ ਕੇ ਆਓ, ਬੱਚੇ ਬਹੁਤ ਜ਼ਿਆਦਾ ਇੰਜੋਏ ਕਰਨਗੇ। ਇੰਜੋਏ ਕਰਨਗੇ। ਸੋ ਮੈਂ ਨਾ ਐਕਚੁਅਲੀ ਆਈ ਵਾਜ਼ ਵੇਟਿੰਗ ਉਹੀ ਗੱਲ ਦੇ ਲਈ ਕਿ ਭਾਅ ਜੀ ਮੈਨੂੰ ਕਹਿਣਗੇ, ਮੈਨੂੰ ਕਹਿੰਦੇ ਸਾਈਡ ਦੇ ਉੱਤੇ, ਕਹਿੰਦੇ ਮੈਂ ਕੀ ਗੱਲ ਕਰੂੰ, ਮੈਨੂੰ ਫਿਲਮ ਬਾਰੇ ਕੁਛ ਨਹੀਂ ਪਤਾ। ਸੋ ਭਾਅ ਜੀ ਫਿਲਮ ਬਾਰੇ ਨਹੀਂ ਪਤਾ, ਇਹ ਵੀ ਕੁਛ ਉੱਦਾਂ ਦੀ ਸਟ੍ਰੈਟਜੀ ਅਪਣਾਈ ਗਈ ਕਿ ਹਰ ਇੱਕ ਕੈਰੈਕਟਰ ਨੂੰ ਉਸਦੇ ਕੈਰੈਕਟਰ ਬਾਰੇ ਦੱਸਿਆ ਜਾਏਗਾ? ਹਾਂਜੀ, ਮੈਂ ਵੈਸੇ ਉੱਪਰੋਂ ਵੀ ਹਦਾਇਤਾਂ ਮਿਲੀਆਂ ਹੋਈਆਂ ਨੇ ਵੀ ਫਿਲਮ ਬਾਰੇ ਡਿਸਕ੍ਰਾਈਬ ਨਹੀਂ ਕਰਨਾ ਕੁਛ ਵੀ, ਤੋ ਸਰਪ੍ਰਾਈਜ਼ ਵੀ ਹੈ। ਅਤੇ ਫਿਲਮ ਦਾ ਇੱਕ ਸਬਜੈਕਟ ਬਿਲਕੁਲ ਹੀ ਵੱਖਰਾ, ਸੱਚਮੁੱਚ ਹੀ ਵੱਖਰਾ। ਅੱਛਾ, ਵੈਸੇ ਹਰ ਵਾਰੀ ਕਹਿੰਦੇ ਹਾਂ ਸੱਚਮੁੱਚ ਹੀ ਵੱਖਰਾ ਹੈਗਾ, ਕਿਉਂਕਿ ਨਾ ਤੋਂ ਤੁਸੀਂ ਦੇਖ ਸਕਦੇ ਹੋ, ਪੋਸਟਰ ਤੋਂ ਦੇਖ ਸਕਦੇ ਹੋ, ਤੇ ਬੰਦਾ ਲਟਕਦਾ, ਇੱਦਾਂ ਦਾ ਭੂਤਾਂ ਪ੍ਰੇਤਾਂ ਵੀ ਹੈਗੀਆਂ, ਸੱਪ ਸੁੱਪ ਜੀ ਵੀ ਦਿਖਾਏ ਹੋਏ ਆ। ਅਤੇ ਜਦੋਂ ਅੰਦਰ ਜਾਓਗੇ ਸਿਨੇਮਾ ਘਰਾਂ 'ਚ ਤੁਸੀਂ ਇੰਜੋਏ ਕਰੋਗੇ ਬਹੁਤ ਜ਼ਿਆਦਾ। ਭਾਅ ਜੀ ਇਸ ਫਿਲਮ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਜਿੰਨੀ ਆਪਾਂ ਕਰੀਮ ਕਹਿ ਸਕਦੇ ਹਾਂ ਜੀ, ਸਾਰੀ ਹੋਈ ਆ, ਹੈ ਨਾ। ਆਪਾਂ ਦੇਖ ਰਹੇ ਹਾਂ BN ਸ਼ਰਮਾ ਭਾਅ ਜੀ ਬੜੇ ਅਲੱਗ ਕਿਰਦਾਰ ਦੇ ਵਿੱਚ। ਸੋ ਇੱਥੇ ਜਿਹੜੇ ਆਹ ਦੇਖੋ, ਸਾਰੇ ਬੰਦੇ ਹਸਾਨ ਵਾਲੇ ਚਿਹਰੇ ਤੁਹਾਨੂੰ ਦਿਖਣੇ, ਹੈ ਨਾ, ਮਤਲਬ ਜੇ ਸਾਰੇ ਮਤਲਬ 50 ਤੋਂ ਉੱਪਰ ਚਿਹਰੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਬੋਰ ਹੋ ਜਾਓਗੇ ਇੰਨੇ ਚਿਹਰਿਆਂ ਨਾਲ, ਕਿਉਂਕਿ ਹਰ ਬੰਦੇ ਨੇ ਆਪਣੀ ਕਲਾ ਦਿਖਾਉਣੀ ਹੈ, ਹਰ ਬੰਦੇ ਨੇ ਆਪਣੀ ਕਲਾ ਦਿਖਾਉਣੀ ਹੈ। ਤੁਹਾਡੇ ਕੈਰੇਕਟਰ ਬਾਰੇ ਗੱਲ ਕਰੀਏ ਥੋੜ੍ਹੀ ਕਿ ਇਹ ਕਿੱਦਾਂ ਦਾ? ਮੈਂ ਭਾਅ ਜੀ ਇਹਦੇ ਵਿੱਚ ਵਿਲਨ ਦਾ ਕੈਰੈਕਟਰ ਹੈ, ਪਰ ਮੇਰੇ ਹਿੱਸੇ ਕਮੇਡੀ ਵਿਲਨ ਹੀ ਆਇਆ ਹੋਇਆ, ਮਤਲਬ ਸ਼ਰਾਰਤੀ ਵਿਲਨ ਹੈ, ਸ਼ਰਾਰਤੀ ਵਿਲਨ। ਅਤੇ ਮੈਂ ਜਿੰਨਾ ਕੁ ਮੇਰੇ ਹਿੱਸੇ ਆਇਆ ਮੈਂ ਆਪਣਾ ਨਿਭਾਤਾ, ਅਤੇ ਬਸ ਇੰਨਾ ਹੀ ਆ। ਇਹ ਸ਼ਰਾਰਤੀ ਵਿਲਨ ਕਿੱਦਾਂ ਦੇ ਹੁੰਦੇ ਨੇ ਭਾਅ ਜੀ? ਫਨੀ ਜੇ ਵਿਲਨ ਨਹੀਂ ਹੁੰਦੇ, ਫਨੀ ਜੇ ਵੀ ਉਹ ਐਫਰਟ ਜ਼ਿਆਦਾ ਕਰਦੇ ਰਹਿੰਦੇ, ਉਹਨਾਂ ਦਾ ਭੱਜ ਨੱਠ ਜ਼ਿਆਦਾ ਕੋਈ ਹੈ ਨਹੀਂ, ਭੱਜ ਨੱਠ ਜ਼ਿਆਦਾ ਹੁੰਦੀ ਹੈ, ਆਊਟਪੁੱਟ 0 ਹੁੰਦੀ ਹੈ, ਆਊਟਪੁੱਟ 0 ਹੁੰਦੀ ਹੈ, ਉਹ ਹੈ ਉਹ ਤਾਂ ਜਿਹੜੇ ਧਮਕੀ ਦਿੰਦੇ ਨੇ ਪਰ ਕੋਈ ਡਰਦਾ ਨਹੀਂ, ਹੈ ਨਾ, ਜਿਹੜੇ ਫਰੋਤੀ ਮੰਗਦੇ ਕੋਈ ਦਿੰਦਾ ਨਹੀਂ, ਉਹਨਾਂ ਨੂੰ ਖੁਦ ਵੀ ਪਤਾ ਹੁੰਦਾ ਵੀ ਅਸੀਂ ਪੜੋਸਾ, ਤੋ ਇਹਨਾਂ ਗੱਲਾਂ ਨੂੰ ਇੰਜੋਏ ਕਰਨਗੇ, ਬੱਚੇ ਵੀ ਇੰਜੋਏ ਕਰਨਗੇ, ਪਬਲਿਕ ਵੀ ਇੰਜੋਏ ਕਰੂਗੀ।
ਸੋ ਬਹੁਤ ਅੱਛੀ ਗੱਲ ਹੈ ਔਰ ਇੱਕ ਵੱਖਰੇ ਤਰ੍ਹਾਂ ਦਾ ਸਿਨੇਮਾ ਜਿਹੜਾ ਦੇਖਣ ਨੂੰ ਮਿਲਣ ਵਾਲਾ ਹੈ। ਸੋ ਬੂ ਮੈਂ ਡਰ ਗਈ, ਇਹ ਤਾਂ ਹੁਣ ਆਪਾਂ ਗੱਲ ਕਰ ਰਹੇ ਤੇ ਇਹ ਤਾਂ ਜਦੋਂ ਤੱਕ ਆਪਣੀ ਗੱਲ ਲੋਕਾਂ ਤੱਕ ਪਹੁੰਚਦੀ ਰਹਿਣੀ ਹੈ ਉਦੋਂ ਤੱਕ ਤਾਂ ਸਿਨੇਮਾ 'ਚ ਹੋਏਗੀ ਔਰ ਦੇਖਣ ਜਾਣੀ ਹੈ ਜ਼ਰੂਰ। ਹੋਰ ਕੀ ਕਹਿਣਾ ਚਾਹੀਦਾ? ਇਸ ਗੱਲ ਦੀ ਗਰੰਟੀ ਹੈ ਜੀ ਵੀ ਤੁਸੀਂ ਇੰਜੋਏ ਕਰੋਗੇ, ਤੁਹਾਡੀ ਟਿਕਟ ਦੇ ਜਿੰਨੇ ਵੀ ਪੈਸੇ ਲੱਗਣਗੇ ਤੁਹਾਨੂੰ ਦੁੱਖਣਗੇ ਨਹੀਂ ਗੇ। ਪਲੀਜ਼ ਇੱਕ ਵਾਰੀ, 1 ਮਾਰਚ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, 1 ਵਾਰੀ ਸਿਨੇਮੇ 'ਚ ਜ਼ਰੂਰ ਆਓ ਅਤੇ ਬਾਕੀ ਤੁਹਾਨੂੰ ਮਾਊਥ ਪਬਲਿਸਿਟੀ ਜ਼ਰੂਰ ਲੈ ਕੇ ਆਊਗੀ ਸਿਨੇਮੇ ਤੱਕ ਅਤੇ ਆਉਣ ਦੀ ਕੋਸ਼ਿਸ਼ ਕਰੋ। ਬੂ ਮੈਂ ਡਰ ਗਈ ਜੀ ਹਾਂ। ਸੋ ਇਸੇ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਪਰ ਮਿਲਦੇ ਰਹਾਂਗੇ, ਹੈ ਨਾ। ਸੋ ਬੂ ਮੈਂ ਡਰ ਗਈ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖਦੇ ਰਹੋ ਅਸ਼ਕੇ, ਮੈਂ ਸ਼ੇਖਰ ਰਾਏ, ਅਗਲੀ ਵਾਰੀ ਕਿਸੇ ਹੋਰ ਆਰਟਿਸਟ ਨਾਲ ਫਿਰ ਮੁਲਾਕਾਤ ਹੋਏਗੀ।